ਹਮਦਰਦ ਸਾਹਿਬ ਦੀ ਗੱਲ ਨਹੀਂ ਇਕੱਲੀ, ਹਮਦਰਦ ਸਾਹਿਬ ਦਾ ਇੱਕ ਨੇਮ ਹੈ, ਟਾਰਗੇਟ ਪ੍ਰੈਸ ਹੈ, ਫਰੀਡਮ ਆਫ ਪ੍ਰੈਸ ਹੈ। ਜਿਸ ਇਨਸਾਨ ਦੀ ਐਡੀ ਦੇਣ ਹੋਵੇ ਪੰਜਾਬੀ ਪੰਜਾਬ ਪੰਜਾਬੀ ਪੰਜਾਬੀਅਤ ਨੂੰ, ਐਡੀਟਰ ਇਨ ਚੀਫ ਰਹੇ ਹੁਣ ਲੰਮਾ ਸਮਾਂ, ਜਿਹੜੀ ਅਖਬਾਰ ਪ੍ਰੀ ਇੰਡੀਪੈਂਡੈਂਸ 'ਤੇ ਸਾਧੂ ਸਿੰਘ ਹਮਦਰਦ ਸਾਹਿਬ ਨੇ ਸਥਾਪਿਤ ਕੀਤੀ ਹੋਵੇ, ਜਿਨ੍ਹਾਂ ਨੂੰ ਗਵਰਨਮੈਂਟ ਆਫ ਇੰਡੀਆ ਨੇ, ਵੱਖ ਵੱਖ ਸਰਕਾਰਾਂ ਨੇ, ਵੱਖ ਵੱਖ ਪਾਰਟੀਆਂ ਨੇ ਪਦਮਾ ਭੂਸ਼ਣ ਪਦਮਾ ਸ਼੍ਰੀ, ਸਾਂਝੇ ਤੌਰ 'ਤੇ ਰਾਜ ਸਭਾ ਦਾ MP, ਹਰ ਅਹੁਦਾ ਹਰ ਸਤਿਕਾਰ, ਦੇਸ਼ ਦੇ ਰਾਸ਼ਟਰਪਤੀ ਇਹਨੂੰ ਰਿਕਮੈਂਡ ਕਰਨ ਕਿ ਇਹ ਇਸ ਲਾਇਕ ਨੇ ਕਿ ਇਹਨਾਂ ਦੀ ਜੋ ਦੇਣ ਹੈ ਪੰਜਾਬ ਨੂੰ, ਪੰਜਾਬੀ ਪੰਜਾਬੀਅਤ ਨੂੰ, ਦੇਸ਼ ਨੂੰ, ਇਹਨਾਂ ਨੂੰ ਅਵਾਰਡ ਮਿਲਣੇ ਚਾਹੀਦੇ। ਉਸ ਇਨਸਾਨ 'ਤੇ ਤੁਸੀਂ ਜੰਗੇ ਆਜ਼ਾਦੀ ਸ਼ਹੀਦਾਂ ਦੇ ਸਤਿਕਾਰ ਵਜੋਂ ਕਿ ਆਉਣ ਵਾਲੀ ਪੀੜ੍ਹੀ ਸ਼ਹੀਦਾਂ ਨੂੰ ਸਮਝ ਸਕੇ, ਸ਼ਹੀਦਾਂ ਦੇ ਨਕਸ਼ੇ ਕਦਮ 'ਤੇ ਚੱਲ ਸਕੇ, ਇਹ ਟਾਰਗੇਟ ਗਰੁੱਪ ਨੂੰ, ਕਿਉਂਕਿ ਉਹ ਹੱਥ ਕਾ ਭਗਵੰਤ ਸੌਦਾ ਨਹੀਂ ਬਣਦੇ ਕਿ ਉਹ ਸਰਕਾਰ ਦੀ ਲਾਈਨ ਨਹੀਂ ਟੋਕ ਕਰਦੇ। ਪਹਿਲਾਂ ਐਡ ਬੰਦ ਕੀਤੇ, ਜਦ ਨਹੀਂ ਝੁਕੇ ਤਾਂ ਬੁਲਾਇਆ ਗਿਆ, ਮੈਸੇਜ ਭੇਜੇ ਗਏ ਕਿ ਮਿਲ ਲਓ, ਨਹੀਂ ਤਾਂ ਤੁਹਾਨੂੰ ਹੋਰ ਤੰਗ ਕਰਾਂਗੇ। ਨਹੀਂ ਗਏ ਅਤੇ ਵਿਜੀਲੈਂਸ ਦੇ ਅਫਸਰ ਦਾ ਉਹਨਾਂ ਨੇ ਨੌ ਵੀ ਜਨਤਕ ਕੀਤਾ ਕਿ ਇਹਨੇ ਬੁਲਾਇਆ, ਫਿਰ